ਅਲੈਕੁਮ ਜੀ ਮੈਂ ਅਜ਼ਰਾ ਇਮਰਾਨ ਤੇ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਤੇ ਜਿੱਥੇ ਜਿੱਥੇ ਐਵੇਂ ਸ਼ਾਦ ਆਬਾਦ ਰਵੋ ਅੱਛਾ ਜੀ 2 ਦਿਨ ਤੋਂ ਸਾਨੂੰ ਨਾ ਮਸਲਾ ਹੋ ਰਿਹਾ ਸੀ ਕਿ ਅਸੀਂ ਜਦੋਂ ਪੱਠੇ ਕੁਤਰਦੇ ਸੀ ਨਾ ਤੇ ਉਹ ਪੱਠੇ ਨਾ ਸਹੀ ਨਹੀਂ ਸਨ ਕੁਤਰੇ ਜਾ ਰਹੇ ਕਿਉਂਕਿ ਟੋਕਾ ਜਿੰਨਾ ਪੱਠੇ ਕੁਤਰਨ ਵਾਲੀ ਮਸ਼ੀਨ ਜਿਹਨੂੰ ਅਸੀਂ ਟੋਕਾ ਕਹਿੰਦੇ ਹਾਂ ਤੇ ਉਹ ਨਾ ਉਹਦੀਆਂ ਛੁਰੀਆਂ ਜਿਹੜੀਆਂ ਨਾ ਜਿਨ੍ਹਾਂ ਦੇ ਨਾਲ ਕੁਤਰੀ ਦੇ ਨੇ ਉਹ ਕਾਫੀ ਮੋਟੀਆਂ ਹੋ ਗਈਆਂ ਸਨ ਲੇਕਿਨ ਨਾ ਬਾਰਿਸ਼ਾਂ ਹੋ ਰਹੀਆਂ ਸਨ ਕਾਫੀ ਦਿਨ ਤੋਂ ਤੇ ਉਹ ਸਾਡੇ ਕੋਲ ਲਾ ਕੇ ਚੰਡਾਈਆਂ ਨਹੀਂ ਸਨ ਜਾ ਰਹੀਆਂ 2 ਦਿਨ ਤੋਂ ਮਸਲਾ ਕਰਦੀਆਂ ਪਈਆਂ ਸਨ ਲੇਕਿਨ ਅੱਜ ਸਵੇਰ ਜਦੋਂ ਅਸੀਂ ਪੱਠੇ ਕੁਤਰੇ ਤੇ ਬਹੁਤ ਜ਼ਿਆਦਾ ਸਨ ਜਿਹੜਾ ਨਾ ਮਸਲਾ ਬਣਿਆ ਵੇਖ ਸਕਦੇ ਹੋ ਤੁਸੀਂ ਕਿ ਇਹਨੇ ਨਾ ਪੱਠੇ ਜਿਹੜੇ ਨਾ ਵੇਖ ਸਕਦੇ ਹੋ ਆ ਕਿਵੇਂ ਮੋਟੇ ਮੋਟੇ ਜੇ ਤੇ ਅੱਧੇ ਕੁਤਰੇ ਹੋਏ ਨੇ ਕੁਛ ਨਹੀਂ ਕੁਤਰੇ ਹੋਏ ਇਸ ਤਰ੍ਹਾਂ ਦੇ ਨਾ ਕੁਤਰਦੇ ਪਏ ਸਨ ਲੇਕਿਨ ਜਾਨਵਰਾਂ ਨੂੰ ਖਾਣ 'ਚ ਮਸਲਾ ਹੁੰਦਾ ਸੀ ਜਾਨਵਰ ਸਹੀ ਨਹੀਂ ਸਨ ਖਾ ਰਹੇ ਤੇ ਸੋਚਿਆ ਕਿ ਅੱਜ ਇਹਨਾਂ ਨੂੰ ਉਤਾਰ ਕੇ ਨਾ ਤੇ ਲੁਹਾਰ ਦੇ ਕੋਲੋਂ ਚੰਡਾ ਲਈਏ ਕਿਉਂਕਿ ਪਿੰਡ 'ਚ ਜਾ ਕੇ ਕੰਮ ਕਰਵਾਉਣਾ ਪੈਂਦਾ ਚੰਡਾਣੀਆਂ ਪੈਂਦੀਆਂ ਨੇ ਪਿੰਡ ਤੋਂ ਸਾਡਾ ਜਿਹੜਾ ਡੇਰਾ ਹੈ ਨਾ ਉਹ ਥੋੜ੍ਹੇ ਗੈਪ 'ਤੇ ਵੇ ਕਾਫੀ ਜ਼ਿਆਦਾ ਮਤਲਬ ਗੈਪ 'ਤੇ ਵੇ ਤੇ ਇਸ ਤੋਂ ਨਹੀਂ ਸਾ ਉਦਣ ਦੇ ਉਤਾਰਦੇ ਪਏ ਬਾਰਿਸ਼ਾਂ 'ਚ ਲੈ ਕੇ ਜਾਣਾ ਤੇ ਫਿਰ ਲੈ ਕੇ ਆਉਣਾ ਬੜਾ ਮਸਲਾ ਬਣਦਾ ਸੀ ਹੁਣ ਅੱਜ ਅਖੀਰ ਹੋ ਗਈ ਸੀ ਤੇ ਅਸੀਂ ਕਿ ਅੱਜ ਇਹਨਾਂ ਨੂੰ ਉਤਾਰੀਏ ਤੇ ਲੁਹਾਰ ਦੇ ਕੋਲ ਲੈ ਕੇ ਜਾਈਏ ਉਸ ਤੋਂ ਪਹਿਲੇ ਤੁਸੀਂ ਮੇਰਾ ਬੈਕਗ੍ਰਾਉਂਡ ਦੇਖ ਰਹੇ ਹੋ ਜੀ ਇਹ ਤੋੜਿਆਂ ਦੀ ਬਣੀ ਹੋਈ ਹੈ ਚਾਦਰ ਤੇ ਅਸੀਂ ਇਸ ਤੋਂ ਲਟਕਾਈ ਹੋਈ ਹੈ ਇੱਥੇ ਕਿ ਜਦੋਂ ਅਸੀਂ ਪੱਠੇ ਕੁਤਰੀ ਦੇ ਨਾ ਤੇ ਫਿਰ ਇਹਦੀ ਚਾਲ ਇੰਜ ਦੀ ਹੁੰਦੀ ਕਿ ਪੱਠੇ ਚੁੱਕ ਚੁੱਕੇ ਦੀਵਾਰ ਦੇ ਨਾਲ ਮਾਰ ਰਿਹਾ ਹੁੰਦਾ ਹੈ ਤੇ ਇਸ ਵਜ੍ਹਾ ਤੋਂ ਕਿ ਦੀਵਾਰ ਜਿਹੜੀ ਸਾਡੀ ਖਰਾਬ ਨਾ ਹੋ ਜੇ ਤੇ ਅਸੀਂ ਇਹ ਤੋੜਿਆਂ ਦੀ ਪੱਲੀ ਜੀ ਬਣਾ ਕੇ ਚਾਦਰ ਜੀ ਬਣਾ ਕੇ ਇੱਥੇ ਜਿਹੜੀ ਇਹਨਾਂ ਲਟਕਾ ਛੱਡੀਏ ਕਿ ਤਾਂ ਕਿ ਦੀਵਾਰ ਜਿਹੜੀ ਇਹਨਾਂ ਸਾਫ਼ ਸੁਥਰੀ ਰਵੇ ਅੱਛਾ ਜੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੂੰ ਕਿਵੇਂ ਉਤਾਰੀਦਾ ਸ਼ੁਰੂ ਕਰਾਂ ਅੱਛਾ ਜੀ ਮੇਰੇ ਹੱਥ ਦੇ ਵਿੱਚ ਇੱਕ ਰੈਂਚ ਹੈ ਤੇ ਇੱਕ ਸੰਨੀ ਅਸੀਂ ਤੈਨੂੰ ਸੰਨੀ ਆਨੇ ਆ ਤੁਸੀਂ ਪਤਾ ਨਹੀਂ ਹੁਣ ਆਪਣੀ ਜ਼ਬਾਨ 'ਚ ਕੀ ਆਉਂਦੇ ਹੋ ਖੈਰ ਜੋ ਵੀ ਆਉਂਦੇ ਹੋ ਅੱਛਾ ਜੀ ਇਹ ਛੁਰੀਆਂ ਦੇ 2 ਤਰ੍ਹਾਂ ਦੇ ਨੱਟ ਹੁੰਦੇ ਨੇ ਇੱਕ ਇਹ ਨੱਟ ਇਹਨਾਂ ਨੇ ਛੁਰੀਆਂ ਨੂੰ ਜਿਹੜਾ ਨਾ ਕਾਬੂ ਕੀਤਾ ਹੁੰਦਾ ਮਤਲਬ ਇਹਦੇ ਨਾਲ ਜੋੜੀਆਂ ਹੁੰਦੀਆਂ ਨੇ ਇਹ ਜਿਹੜੇ ਉੱਤੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਚਾਬੀਆਂ ਨੇ ਇਹਨਾਂ ਦੇ ਨਾਲ ਛੁਰੀਆਂ ਨੂੰ ਐਡਜਸਟ ਕਰੀਦਾ ਆਪਣੇ ਹਿਸਾਬ ਦੇ ਨਾਲ ਇਹ ਸੰਨੀ ਦੇ ਨਾਲ ਹੁਣ ਅਸੀਂ ਖੋਲਾਂਗੇ ਇਹਨੂੰ ਨੀਚੇ ਵਾਲੇ ਨੱਟ ਜਿਨ੍ਹਾਂ ਨੇ ਛੁਰੀਆਂ ਨੂੰ ਕਾਬੂ ਕੀਤਾ ਹੋਇਆ ਅੱਛਾ ਜੀ ਇੱਕ ਨੱਟ ਜਿਹੜਾ ਮੈਂ ਖੋਲ ਲਿਆ ਤੇ ਦੂਸਰਾ ਮੈਂ ਖੋਲ ਨਹੀਂ ਪਈ ਆ ਤੁਸੀਂ ਦੇਖ ਰਹੇ ਹੋਵੋਗੇ ਤੇ ਵਾਹਵਾ ਹੀ ਮੁਸ਼ਕਲ ਕੰਮ ਹੈ ਅੱਛਾ ਜੀ ਅਸੀਂ ਇਹਨਾਂ ਨੂੰ ਜੋੜ ਕੇ ਮਿਲਾ ਕੇ ਇਸ ਤੋਂ ਰੱਖਾਂਗੇ ਤਾਂ ਕਿ ਇਹ ਅਲੱਗ ਅਲੱਗ ਕਰ ਇਹਨਾਂ ਨੂੰ ਰੱਖਾਂਗੇ ਤੇ ਗੁੰਮ ਨਾ ਹੋ ਜਾਣ ਕਦੇ ਇੱਕ ਛੁਰੀ ਜਿਹੜੀ ਇਹ ਖੁੱਲ ਚੱਲੀ ਹੈ ਉਹਦੇ ਜਿਹੜੇ ਅਸੀਂ ਕਾਮਯਾਬ ਹੋ ਗਏ ਖੋਲਣ 'ਚ ਬਹੁਤ ਮੋਟੀ ਹੋ ਗਈ ਅੱਛਾ ਜੀ ਤੁਸੀਂ ਦੇਖ ਰਹੇ ਹੋਵੋਗੇ ਕਿ ਇਹਨਾਂ ਦੀ ਕੀ ਹਾਲਾਤ ਹੋ ਗਈ ਹੈ ਬਹੁਤ ਜ਼ਿਆਦਾ ਮੋਟੀਆਂ ਹੋ ਗਈਆਂ ਨੇ ਇਸ ਵਜ੍ਹਾ ਤੋਂ ਜਿਹੜੇ ਨਾ ਪੱਠੇ ਸਹੀ ਨਹੀਂ ਸਨ ਇਹਨਾਂ ਤੋਂ ਕੁਤਰੇ ਜਾ ਰਹੇ ਦੂਸਰੀ ਛੁਰੀ ਵੀ ਜਿਹੜੀ ਹੈ ਉਹ ਖੁੱਲ੍ਹ ਚੱਲੀ ਹੈ ਅਤੇ ਤਕਰੀਬਨ ਇਹਦਾ ਆਖਰੀ ਨੱਟ ਜਿਹੜਾ ਨਾ ਰਹਿ ਗਿਆ ਦੂਸਰਾ ਅਸੀਂ ਤਾਂ ਖੋਲ੍ਹ ਲਿਆ ਅਤੇ ਇੱਕ ਰਹਿ ਗਿਆ ਸਿਰਫ ਖੋਲ੍ਹਣ ਵਾਲਾ ਖੋਲ੍ਹ ਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪਿੰਡ ਲੈ ਕੇ ਜਾਵਾਂਗੇ ਤਾਂ ਕਿ ਲੁਹਾਰਾਂ ਕੋਲੋਂ ਜਿਹੜਾ ਨਾ ਇਹਨੂੰ ਛੰਡਾ ਕੇ ਲਿਆਈਏ ਅਤੇ ਪੱਠੇ ਅੱਛਾ ਜੀ ਆਖਰੀ ਨੱਟ ਰਹਿ ਗਿਆ ਅਤੇ ਉਹ ਵੀ ਖੁੱਲ੍ਹ ਚੱਲਿਆ ਅੱਲਾ ਕਰੇ ਅਤੇ ਖੁੱਲ੍ਹ ਜਾਏਗਾ ਅਤੇ ਫਿਰ ਅਸੀਂ ਦੋਵੇਂ ਛੁਰੀਆਂ ਜਿਹੜੀਆਂ ਨੇ ਉਹ ਪਿੰਡ ਲੈ ਕੇ ਜਾਣੀਆਂ ਅਤੇ ਫਿਰ ਲੁਹਾਰਾਂ ਕੋਲ ਇਹਨਾਂ ਨੂੰ ਛੰਡਾ ਕੇ ਲੈ ਕੇ ਆਉਣਾ ਤਾਂ ਕਿ ਪੱਠੇ ਕੁਤਰਨ 'ਚ ਆਸਾਨੀ ਹੋ ਜਾਵੇ ਸਾਨੂੰ ਅੱਛਾ ਜੀ ਇਹ ਨਾ ਰੱਸੀ ਤੁਸੀਂ ਦੇਖ ਰਹੇ ਹੋਵੋਗੇ ਲਿੱਟੀ ਹੋਈ ਸੀ ਕਾਫੀ ਮੋਟੀ ਰੱਸੀ ਸੀ ਤੇ ਇਹ ਨਾ ਇਹ ਨਹੀਂ ਸੀ ਇਹਦੇ ਨਾਲ ਸਹੀ ਬੰਨੀਆਂ ਜਾਣੀਆਂ ਹੁਣ ਅਸੀਂ ਉਹਨੂੰ ਕੱਟ ਕੇ ਨਾ ਬਰੀਕ ਰੱਸੀ ਉਹਦੇ ਨਾਲ ਇੱਕ ਅਲੱਗ ਕਰ ਰਹੇ ਹਾਂ
ताकि इन्हू छुरियां पा के आसानी के नाल जिहड़ा ना उन्होंने फड़ के लै जाए। अच्छा जी आ वेख सकते हो कि असीं हुण इन्हां नूं रस्सी दे नाल बन्ह लिया है। वेखो बड़ी आसानी दे नाल हुण फड़ के इन्हां नूं असीं लिजा सकते हैं। अच्छा जी अज दा इह सी साडा विलाग ते बहुत शुक्रिया तुहाडा साडी वीडियो एंड तक देखण दा ते मेरे चैनल नूं सबसक्राइब जरूर करिया जे ते बैल आइकॉन नूं वी जरूर दबाया। बहुत शुक्रिया।